ਅਕਾਲ ਜੋਤ ਦੀ ਟੀਮ ਜਿਹੜੀ ਫੀਲਡਿੰਗ ਲਾਵੇਗੀ ਜਲਦੀ ਦੇ ਨਾਲ ਸਾਡੀ ਬੇਨਤੀ ਹੈ। ਆਓ ਜੀ ਅੰਪਾਇਰ ਸਾਹਿਬਾਨ ਜਿਹੜੇ ਮੈਦਾਨ ਦੇ ਵਿੱਚ ਆਉਣਗੇ, ਬੈਟਸਮੈਨ ਦੋਨੋਂ ਮੈਦਾਨ ਦੇ ਵਿੱਚ ਆ ਚੁੱਕੇ ਨੇ। ਬੜਾ ਵਧੀਆ ਰੋਮਾਂਚਕ ਮੁਕਾਬਲਾ ਜਿਹੜਾ ਹੋਣ ਵਾਲਾ। ਸਰਦਾਰ ਜਸਪਾਲ ਸਿੰਘ ਜੀ ਸਿੱਧੂ ਸਾਹਿਬ ਉਹ ਵੀ ਸਾਡੇ ਵਿੱਚ ਜਿਹੜੇ ਪਹੁੰਚ ਰਹੇ ਨੇ, ਉਹਨਾਂ ਦਾ ਵੀ ਜਿਹੜਾ ਜੀਆਂ ਨੂੰ ਆਖਿਆ ਜਾਂਦਾ ਹੈ ਆਪਣੇ ਕਹਿੰਦੇ ਕੀਮਤੀ ਸਮੇਂ ਨੂੰ ਸਮਾਂ ਜਿਹੜਾ ਦੇ ਰਹੇ ਨੇ ਇਸ ਟੂਰਨਾਮੈਂਟ ਨੂੰ। ਔਰ ਗੱਲਾਂ ਹੋਣਗੀਆਂ 29-31 ਮਾਰਚ ਨੂੰ ਇੱਕ ਵੱਡਾ ਕਹਿੰਦੇ ਮੁਕਾਬਲਾ ਹੈ, ਵੱਡਾ ਮੁਕਾਬਲਾ ਜਿਹੜਾ ਕਹਿੰਦੇ ਖੇਡਿਆ ਜਾਵੇਗਾ 31 ਤਰੀਕ ਨੂੰ। ਦੁਨੀਆ ਕਹਿੰਦੇ ਇੰਤਜ਼ਾਰ ਕਰਦੀ ਹੈ 31 ਤਰੀਕ ਦਾ, ਜਦੋਂ ਕਹਿੰਦੇ ਪੰਜਾਬ ਅਤੇ ਹਰਿਆਣੇ ਦਾ ਮੈਚ ਹੋਵੇਗਾ। ਬਾਕੀ ਦੁਨੀਆ ਪੰਜਾਬ ਦੇ ਵਿੱਚ ਵੀ ਇੰਤਜ਼ਾਰ ਕਰ ਰਹੀ ਹੈ 31 ਤਰੀਕ ਦਾ, ਦੁਨੀਆ ਬੇਸਬਰ ਦੀ ਨਾਲ ਜਿਹੜੀ ਕਹਿੰਦੇ ਇੰਤਜ਼ਾਰ ਕਰ ਰਹੀ ਹੈ। ਗੱਲਾਂ ਹੋਣਗੀਆਂ 29-30 ਅਤੇ 31 ਤਰੀਕ ਨੂੰ ਗੱਲਾਂ ਲੱਗਣਗੀਆਂ ਟਿਕਾਣੇ। ਡੀ ਜੇ ਬਾਦਸ਼ਾਹ ਬਹੁਤ ਬਹੁਤ ਧੰਨਵਾਦ ਹੈ, ਥੋੜ੍ਹੀ ਜਿਹੀ ਵੋਕਲ ਅਪ ਕਰ ਦਈਏ, ਬਹੁਤ ਬਹੁਤ ਧੰਨਵਾਦ। चला पंच ताबा घ्या लवकर आणि मॅच सुरू करा। पाजी ब्रदर्स, दिस मॅच विल बी ओनली 1 ओव्हर लिमिटेड, सुपर ओव्हर मॅच, 6 चेंडू 6 बॉल पर साइड। चला मॅच लवकर सुरू करा प्लीज, मेक इट व्हेरी फास्ट। मैसर काय आहे पिशवीमध्ये पैसा, फटाफट मॅच सुरू कर दीजिए। नितेश भोयर जी, थँक्स सो मच नितेश भोयर जी, अमेझिंग कमेंटरी। ਲਓ ਕਹਿ ਸਕਦੇ ਹਾਂ ਵੀ ਆਪਾਂ ਠੇਠ ਪੰਜਾਬੀ ਦੇ ਵਿੱਚ, ਲੈ ਵੀ ਵੱਡੇ ਬਾਈ ਸੁਪਰ ਓਵਰ ਜਿਹੜਾ ਖੇਡਿਆ ਜਾ ਰਿਹਾ ਹੈ, 1 ਓਵਰ ਦਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਮੇਰੇ ਵੀਰੋ ਮੈਦਾਨ ਦੇ ਵਿੱਚ। ਇੱਕ ਪਾਸੇ ਅਕਾਲ ਜੋਤ ਸੇਵਕ ਸੰਸਥਾ ਔਰ ਇੱਕ ਪਾਸੇ ਇਹ ਵੀ ਫਾਈਟਰਸ ਦੀ ਜਿਹੜੀ ਟੀਮ ਹੈ। ਬੜਾ ਵਧੀਆ ਕਹਿੰਦੇ ਰੋਮਾਂਚਕ ਮੁਕਾਬਲਾ ਜਿਹੜਾ ਕਹਿੰਦੇ ਸ਼ੁਰੂ ਹੋ ਜਾ ਰਿਹਾ ਮੇਰੇ ਵੀਰੋ। 1 ਓਵਰ ਦੀ ਖੇਡ ਜਿਹੜੀ ਦੇਖਣ ਵਾਲੀ ਹੈ, ਆਓ ਖੇਡ ਕਹਿੰਦੇ ਦੇਖਣ ਵਾਲੀ ਹੈ। ਉਧਰਲੇ ਪਾਸੇ ਜਿਤਨੇ ਵੀ ਦਰਸ਼ਕ ਬੈਠੇ ਹੈ, ਇੱਕ ਵਾਰ ਮੈਚ ਸ਼ੁਰੂ ਹੋਣੇ ਸੇ ਪਹਿਲੇ ਜ਼ੋਰਦਾਰ ਦੋਨੋ ਟੀਮੋ ਕੇ ਲਈ ਤਾਲੀ ਲਗਾ ਦੋ, ਜ਼ੋਰਦਾਰ ਤਾਲੀਆਂ, ਜ਼ੋਰਦਾਰ ਤਾਲੀਆਂ। ਉਧਰਲੇ ਪਾਸੇ ਲੈ ਵੀ ਵੱਡੇ ਬਾਈ ਮਾਰਨੇਗਾ ਸਰਦਾਰ ਬੂਟਾ ਸਿੰਘ ਘਮਾਣ ਦਾ, ਕਹਿੰਦੇ ਪੁੱਤਰ ਵੀ ਆ ਗਿਆ, ਸਰਦਾਰ ਰਮਨਦੀਪ ਸਿੰਘ ਘਮਾਣ ਵੀ ਆ ਗਿਆ, ਰਮਨਪ੍ਰੀਤ ਸਿੰਘ ਘਮਾਣ, ਦੁਨੀਆ ਪਿਆਰ ਦੇ ਨਾਲ ਬਾਊ ਕਹਿੰਦੀ ਹੈ। ਆਓ ਬਾਊ ਕਹਿੰਦੀ ਹੈ ਵੀ ਬਾਪੂ ਕਹਿੰਦਾ ਖੇਡ ਪੁੱਤ ਸ਼ੇਰ ਬਣ ਕੇ ਵਿਖਾ ਦੇ ਤੂੰ ਕ੍ਰਿਕਟ ਦਾ ਪਲੇਅਰ ਬਣ ਕੇ, ਫਿਰ ਯਾਰ ਬੇਲੀ ਰਿਸ਼ਤੇਦਾਰ ਮਾਣ ਸਾਰੇ ਕਰਦੇ, ਵੀ ਗੁਣ ਬਿਨਾਂ ਕੋਈ ਨਹੀਂ ਕਿਸੇ ਨੂੰ ਜਾਣਦਾ, ਪੁੱਤ ਜਿਨ੍ਹਾਂ ਮਾਵਾਂ ਦੇ ਪਲੇਅਰ ਬਣਦੇ, ਨਾਮ ਉੱਚਾ ਹੋ ਜੇ ਸਾਰੇ। ਉਹ ਖਾਨਦਾਨ ਦਾ ਵੀ ਪੁੱਤ ਜਿਨ੍ਹਾਂ ਦੇ ਹੁੰਦੇ ਨੇ ਪਲੇਅਰ ਬਣਦੇ, ਨਾਮ ਉੱਚਾ ਹੁੰਦਾ ਸਾਰੇ ਖਾਨਦਾਨ ਦਾ। ਉਧਰਲੇ ਪਾਸੇ ਬਹੁਤ ਹੀ ਸਤਿਕਾਰਯੋਗ ਦਿਲ ਦੇ ਵੀ ਹੀਰਾ ਨੇ ਤੇ ਨਾਮ ਵੀ ਸਰਦਾਰ ਹੀਰਾ ਸਿੰਘ ਪੱਡਾ ਜੀ ਸਾਡੇ ਦਰਮਿਆਨ ਜਿਹੜੇ ਪਹੁੰਚੇ ਹੋਏ ਹੈ। ਹਾਂਜੀ, ਥੈਂਕ ਯੂ ਵਾਲੰਟੀਅਰਸ, ਲਾਈਨਿੰਗ ਮਾਰੀ ਚੇ ਮੈਦਾਨਾਂ ਮਧੇ ਵਿਕੇਟ ਵਰ ਲਾਈਨਿੰਗ ਮਾਰੀ ਚੇ ਪਟਕਨ ਜਾਵਾ ਕਵਿਕ ਸੰਬੜੀ ਸੰਬੜੀ ਫਰੋਮ ਵਾਲੰਟੀਅਰ ਟੀਮ ਆਰਗਨਾਈਜ਼ ਕਮਿਟੀ ਟੀਮ ਮੈਂਬਰ। ਵਿਕੇਟ ਚਾ ਉਜਵ੍ਯਾ ਆਣਿ ਡਾਵ੍ਯਾ ਬਾਜੂਲਾ ਲਾਈਨਿੰਗ ਮਾਰੀ ਚੇ ਕੁਣੀਤਰੀ ਪਟਕਨ ਜਾ, ਮੇਕ ਇਟ ਵੈਰੀ ਫਾਸਟ। ਨੰਤਰ 1 ਓਵਰ ਨੰਤਰ, ਯੈਸ ਸਲਾ ਮੈਚ ਸ਼ੁਰੂ ਕਰਾਈ ਚੇ ਦੋਨੀ ਟੀਮਸ ਨਾ ਆਪਾਂ ਦੇਵਿਆ ਸ਼ੁਭੇਚਾ, ਗੁੱਡ ਲੱਕ ਟੂ ਬੋਥ ਦ ਟੀਮਸ, ਓ ਟੂ ਕੋਮ ਬੋਕਸ। ਪਾਜੀ ਬ੍ਰਦਰਸ, ਰੈਡੀ ਹੈ, ਲਾਓ ਪਹਿਲਾ ਓਵਰ ਪਾਉਣ ਲਈ ਕਹਿੰਦੇ ਫਰੀਦ ਮੁੱਲਾ ਜਿਹੜਾ ਸੁਪਰ ਓਵਰ ਪੈਣ ਜਾ ਰਿਹਾ ਮੇਰੇ ਵੀਰੋ। ਖੇਡ ਮੈਦਾਨ ਦੇ ਵਿੱਚ ਸਾਹਮਣਾ ਕਰ ਲਈ ਕਹਿੰਦੇ ਸੋਮਨਾਥ, ਲਾਓ ਪਹਿਲੀ ਬਾਲ ਜਿਹੜੀ ਕਮਾਲ ਕਮਾਲ ਸੁਪਰ ਓਵਰ ਪਹਿਲੀ ਓਵਰ ਕਮਾਲ, ਆਓ ਸਾਹਮਣੇ ਪਹਿਲੀ ਬਾਲ ਕਮਾਲ ਦੀ ਕਰ ਦਿੱਤੀ ਖੇਡ ਗਰਾਊਂਡ ਦੇ ਵਿੱਚ। ਇੱਕ ਪਾਸੇ ਕਹਿੰਦੇ ਏ ਵੀ ਫਾਈਟਰਸ, ਦੂਜੇ ਪਾਸੇ ਆਓ ਅਕਾਲ ਜੋਤ ਸੇਵਕ ਸੰਸਥਾ ਕਲੱਬ ਦੀ ਟੀਮ, ਪਰ ਪਹਿਲੀ ਬਾਲ ਕਹਿੰਦੇ ਫਰੀਦ ਮੁੱਲੇ ਨੇ ਪਾ ਦਿੱਤੀ ਹੈ। ਅਗਲੀ ਬਾਲ ਫੇਰ ਬੱਲੇ ਬੱਲੇ, ਹੋ 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 ਬੱਲੇ 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 ਹੁੰਦੀ ਹੈ ਕਹਿੰਦੇ ਸ਼ੇਰ ਰਨ ਦੇ ਵਾਧੇ। ਆਓ ਛੱਕਾ ਆਇਆ ਕਹਿੰਦੇ ਵੀ ਇਸ ਓਵਰ ਦੇ ਵਿੱਚ ਪਹਿਲਾ 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 ਵੀ ਪਹਿਲੀ ਪੇਸ਼ੀ ਯਾਰ ਛੁੱਟ ਜੇ, ਵੀ ਲੱਡੂ ਵੰਡ ਦੀ ਕਚਹਿਰੀਓ ਆਵਾਂ ਜੇ ਪਹਿਲੀ ਪੇਸ਼ੀ ਯਾਰ ਛੁੱਟ ਜੇ। ਆਓ ਗੱਲਾਂ ਹੁੰਦੀਆਂ ਔਰ ਜਲਦੀ ਦੇ ਨਾਲ ਮੈਚ ਸ਼ੁਰੂ ਕਰ ਦਿੱਤਾ ਜਾਵੇ ਨਿਤੇਸ਼ ਭੋਇਰ ਜੀ ਦਾ। ਆਓ ਬਹੁਤ ਬਹੁਤ ਧੰਨਵਾਦ ਹੈ, ਗੱਲਾਂ ਹੁੰਦੀਆਂ, ਵੱਡਾ ਮੇਲਾ। ਲਓ ਸਾਹਮਣੇ ਅਗਲੀ ਬਾਲ ਫੇਰ ਪੈਣ ਜਾ ਰਹੀ ਹੈ,
जी मेजर साहब थोड़ा सा टाइम लग रहा है जी, बेनती है मेजर भाजी थोड़ा सा टाइम हो, ज्यादा लग रहा है, खिंच के थोड़ा सा खिंच के फ्री फटाफट फटाफट से मैच शुरू किया जाए, फटाफट से मैच शुरू किया जाए, बेनती है हमारी। लाओ सामने अगली बार फिर पै रही है, दो छक्के बज गए, दो छक्के बज गए फरीद मुल्ला जी, हुण छक्का नहीं बजना चाहिए, हुण गड्डी आउटलाइन ते चढ़दी जांदी है, मैनू लगता है भी 19-21 होगी ते मेला फिर घरे बह के वेखना पैणा है, आओ इत्थे ही बह के वेखना पैणा मेला फिर फरीद मुल्ला जी, हुण छक्का नहीं बजना चाहिए, हुण छक्का नहीं बजना चाहिए, जे हुण छक्का बज गया फिर एक पासा हो जाना है मैच दा, फिर एक पासा जा हो जाना है, सोमनाथ है पिछले मैच भी 6 रन चाहिए थे इकबाल ने भी छक्का मार के जिहड़ी कमाल कीती सी, लाओ अगली बॉल फिर लाओ, सोहनी बाल कहते मैदान में पई है, रन जिहड़ा सिंगल उन्हें लैण तो मना करता है भी मुड़ जा नहीं मुड़ जा बीबा अपने ग्राउंड में, फिर ना तू देखी पिछों उजड़े दरां नूं भी मर जाने माना सिखी, आओ मंगदी सिरानो भी मर जाने माना सिखी, मंगदी सिरानो, लाओ सामने अगली बाल पाउण दे लई खिडारी फिर जिहड़ा इस वेले कहते तैयार बर तैयार है फरीद मल्ला, बाला पा रहे है खेड मैदान दे विच भी अल्ला हू दा आवाजा आवे कुली नी फकीर दे विच, लाओ पैंदी बाल गलती हो गई बड़े भाई, लंघे पानी कदे वापस नहीं मुड़ के आंदे, झड़ गए पत्ते कदे दोबारा दरख्त वल नहीं जांदे, लंघे पानी कदे मुड़ के नहीं आंदे, हुण ते कैच ड्रॉप हो चुके है, लाओ लास्ट बाल जिहड़ी पैण जा रही है इस वेले मैदान दे विच, आखिरी बाल लास्ट बाल जिहड़ी पैण जा रही है मैदान दे विच, पर सामने वेखांगे खेड मैदान च नौजवान कहिंदे साई राज जिहड़ा सामने कर ली तैयार है वी फाइटर्स दी टीम लई, बाल कहिंदे फरीद मुल्ला पाउण लई फेर अगे बल वधदे ने, सिरा होया पिया, सिरा होया पिया 19 बन गए जी, 20 का टारगेट है, 20 का टारगेट अब तो खलास करना पड़ेगा, आओ गला फिर हो गया और जल्दी दे नाल फटाफट से समय 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 बर्बाद मत किए जाए, माइक ओवर टू नितेश भोयर जी, थैंक यू 19 ऑन द स्कोरबोर्ड राइट, 20 धावा काढायचे 20 टू विन, 6 चेंडू आणि 20 धावा, चला लगेचच साईराज तुमची संपूर्ण टीम सोमनाथ लगेच मैदानाचा ताबा घ्या, ओपनिंग पेअर मेजर बाजी लगेच लॉन्च करा, लकी मैदानामध्ये लगेच उतरा ओपनिंग पेअर, लकी राजू मेजर चला क्विक मैदान मध्ये उतरा, मेक इट व्हेरी फास्ट आणि मैच आपल्याला काही क्षणांमध्ये सुरू करायची आहे, 6 चेंडू असतील आणि जिंकण्यासाठी 20 धावांची गरज, एका बाजूला टीम आपल्याला पाहायला मिळते अकाल ज्योत आणि अप्रतिम, मगाशी आपण जो खेळ पाहिला अर्थातच फायटिंग स्पिरिट आपल्याला पाहायला मिळालं, हेली हेली लाओ दूजी इनिंग की शुरुआत खेड ग्राउंड दे विच,
आ गया आओ आ गया आ गया आ गया कदे सामने मेरे वीर इंडिका वाला ओ सागर फेर आ गया सागर फेर आ गया सागर कदे फेर आ गया है आया कदे लुद्दड़ भी होया बेलापुरिया ओदे भी जिक्र करांगे पर इधरले पासे खेड मनाउन दे विच आओ सागर कहंदे फेर आ गया तीन छक्के ले भी सागरा तीन छक्के है ओ तीन छक्के लाउणे पैणगे सागरा बाकी बाकी भी काले पाणीओ मौण नूं खत किसने पाया भी बदला ले ली जाउणिया जे मां दा जाया भी बदला ले ली जाउणिया जे मां दा जाया सागर फेर आ गया सागर एक बारी फेर आ गया मैदान दे विच बाकी इधरों बाजे बजने भी शुरू हो गए ने मेरे वीरो एंड गल्लां बातां होणगीआं मैदान दे विच लवी 29-31 नूं देखी तूं बाजे वजदे 29-31 नूं बाजे नहीं एन कदे ढोल वजणगे भंगड़े पहनगे भंगड़े पहनगे भंगड़े पहनगे महाराष्ट्र दे विच सीबीडी दे विच बेलापुर दे विच राजीव गांधी स्टेडियम दे विच भंगड़े पहनगे लाओ सामने कहते ओवर पाउण दे लई सोमनाथ तैयार वर तैयार है पर सामने कहते राजू है मेरे वीरो एक पासे ते एक पासे सागर खड़ा है जे पहलियां दो बालां विच दो छक्के आ गए फिर कहानी जमा लोट आ जानी है यस एंड पंचन सर ग्रीन सिग्नल एंड द गेम इज ऑन सिक्स बॉल्स टू गो एंड रिक्वायर्ड 20 टू विन लाओ सामने कहते वाइड वाइड बाल जड़ी हो गया पहली बाल हले डिगी नहीं आओ पहली बाल हले डिगी नहीं वाइड बाल दे फैसले हो गया हुण 19 रह गए आओ हुण 19 रह गए ओ पासे कहते भज गया लाइन तो उतर गया कह सकते हैं भी हुण सोमनाथ थोड़ा लाइन तो उतर गया फिर आओ अगली बाल पाउण दे लई कहते तैयार वर तैयार है जिवें नितेश भोयर जी ने आखिया भी हरी झंडी दे दित्ती है मुकाबला शुरू हो चुका है बाल फिर पाउण दे लई खिडारी तैयार वर तैयार है लाओ सामने पासे एक मिनट लवी बाजे आले ध्यान थोड़ा मीत जो ठा करना तुसी पौंपो करनी है ठीक है लाओ सामने फेर कदे तैयार है भी कदे सोचा नहीं किसी दबाउण दो भी जट फेर है तैयार खुती पाउण नूं मेजर साहब जी असी भी आखिया बिल्कुल खोल दे जोर लगता है पर नहीं मनदे असी भी आखिया है ओ स्वाद बजया होया स्वाद बजया होया अज ओ मेरे वीरो महाराष्ट्र बेलापुर दे विच सीबीडी दे विच नजारा बजया होया स्वाद बजया पिया कहिंदे खेड मैदान दा ढाओ आओ बाल कहिंदे टॉप दी बाल कहिंदे मुंडवे पा दित्ती है खेड मैदान दे विच बाजे बजणगे पड़ाके पैणगे सीबीडी बेलापुर दी कहिंदे धरती है मेरे वीरो आ बाल दे उत्ते ठा ठा होनी चाहिए उस्तादा आ बाल दे उत्ते आ बाल ते नेड़े होके कहिंदे राजू भाजी नूं लै वी मेजर साहब नेड़े होके कहिंदे वी ठा ठा करवाउणी है आ बाल ते छक्का बजू फेर स्वाद ओ सामने 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 बल्ले 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 ताड़ियां मुंडे लई तीन बालां किन्ने रह गए तीन बालां ते 11 तीन बालां ते 11 दो छक्के तीन बालां आ बाल ते छक्का वजना चाहिए आ बाल ते ठा ठा होनी चाहिए आ बाल ते बल्ले बल्ले आओ बाल बाल सिरे दी बाल पर इधरले पासे एलबी डबल यू दा इशारा होया मेरे वीरो ते खेड मैदान दे विच बड्डी विकट दा पतन है दो बालां 11 10 दो बालां आओ 11 आओ चर्चे होणगे लाओ सामने खिडारी फेर तैयार वर तैयार है भी कित्थे आके करमा ने दित्ती हार वे घड़िया झना तो मैनू लावे पारवे जे आ बाल ते छक्का वजे ते नजारा दुनिया नू कहिंदे फेर आउणा है फिर भंगड़े पैणगे जे आ बाल ते छक्का वजदा है थैंक यू ये सुपर ओवर मैच है और ये
फाइनल विकेट रहेगा। दो विकेट के बाद टीम वुड बी कंसिडर्ड एज ऑल आउट। एज पर द रूल बुक शेवटचा फलंदाज मिस्टर फरीद मुल्ला जिंकण्यासाठी रन अबाव, व्हाट इज द इक्वेशन? दोन चेंडू आणि 11 धावांची गरज आहे। टू बॉल्स टू गो एंड रिक्वायर्ड टू कंसेक्युटिव्ह सिक्सेस, 11 रनों की जरूरत। दो गेंदे 11 रन लाओ, दो वाला 11 रन बाकी रहते ने मैदान दे फिर, पर इस वेले झात मारीे फरीद मुला जी आ गए ने मैदान दे, जे छक्के खाधे ते छक्के मारने भी पैने, नरक स्वर्ग कहते इत्थे ही है। ओ आओ सामने सामने फरीद मुला जी, हो गया एक पासा भी फस गई जान कड़की अंदर, जो बेलन बिच गन्ना भी शाह मुहम्मद इथों कढ़े फेर मैं तेनू मन्ना, शाह मुहम्मद इथों निकले फेर मैं तेनू मन्ना। लाओ सामने एक बाल ते रह गए 11, जे कदे नौ नूं ते छक्का बज गया ते फेर हो जानी है बल्ले बल्ले, आओ बल्ले बल्ले हो जानी है। लाओ पैंदी बाल सही चला, विनर टीम कैप्टन सोमनाथ प्लीज या, साई प्लीज जॉइन विथ अस, डू इट फास्ट, रन रन रन। या मैच मध्ये मैन ऑफ द मैच नसणार आहे महेश सर, चला विनर टीम, टीमचे कॅप्टन सोमनाथ अँड कुलस्वामी अवेंजर्स टीम कॅप्टन साई पनालकर प्लीज जॉईन विथ अस फॉर नेक्स्ट मॅच टॉसिंग प्लीज। चला विनर अँड कुलस्वामी अवेंजर्स